ਅੱਜ ਮਾਰਕੀਟ ਦੇ ਵਿੱਚ ਤੁਸੀਂ ਵੇਖੋਗੇ ਤੇ ਚੀਨੀ ਨਾਲੋਂ ਮਹਿੰਗਾ ਗੁੜ ਵਿਕ ਰਿਹਾ। ਕਿਉਂ? ਨਵਾਂ ਗੁੜ, ਪੁਰਾਣਾ ਗੁੜ, ਕਿੰਨਾ ਪੁਰਾਣਾ ਗੁੜ ਸਾਡੇ ਵਾਸਤੇ ਫਾਇਦੇਮੰਦ ਹੈ। ਅੱਜ ਦੀ ਡੇਟ ਦੇ ਵਿੱਚ ਹਾਲਾਤ ਇਹ ਨੇ ਕਿ ਮਾਰਕੀਟ 'ਚ ਜਿਹੜੇ ਗੁੜ ਵਿਕ ਰਹੇ ਨੇ ਉਹਨੂੰ ਥੋੜੀ ਲੈ ਕੇ ਤੋੜਨਾ ਪੈਂਦਾ। ਕੀ ਜਿਹੜਾ ਮਾਰਕੀਟ 'ਚ ਵਿਕ ਰਿਹਾ ਗੁੜ ਉਹ ਵਾਕਈ ਹੀ ਹੈਲਦੀ ਹੈ? ਤੇ ਜੇ ਉਹ ਹੈਲਦੀ ਹੈ ਤਾਂ ਉਹ ਕਿਵੇਂ ਹੈ, ਤੇ ਜੇ ਉਹ ਖਰਾਬ ਹੈ ਤਾਂ ਉਹਦੇ ਵਿੱਚ ਕੀ ਇਹੋ ਜਿਹਾ ਪਾ ਦਿੱਤਾ ਗਿਆ ਜਿਹੜਾ ਕਿ ਉਹ ਖਰਾਬੀ ਕਰਨਾ। ਜੇ ਗੱਲ ਕਰੀਏ ਗੰਨੇ ਦੇ ਰਸ ਨਾਲੋਂ ਜਿਹੜਾ ਫਾਸਫੋਰ ਤੇ ਆਇਰਨ ਦੀ ਮਾਤਰਾ ਜਿਹੜੀ ਹੈ ਉਹ ਗੁੜ ਦੇ ਵਿੱਚ ਜ਼ਿਆਦਾ ਜੀ। ਲਾਸਟ ਵਾਲੀਆਂ ਜਿਹੜੀਆਂ ਬੋਰੀਆਂ ਹੁੰਦੀਆਂ ਤੇ ਉਹਨਾਂ ਦੀ ਜਿਹੜੀ ਜਿਹੜੀ ਚੀਨੀ ਹੈ, ਖੰਡ ਹੈ, ਉਹ ਕਾਲੀ ਹੋ ਜਾਂਦੀ ਹੈ ਜਾਂ ਭੂਰੀ ਹੋ ਜਾਂਦੀ ਹੈ, ਦੇਖਣ ਨੂੰ ਉਹ ਸੋਹਣੀ ਨਹੀਂ ਲੱਗਦੀਗੀ, ਤੇ ਜਿਹਦੇ ਕਰਕੇ ਉਹ ਕੰਪਨੀਆਂ ਰਿਜੈਕਟ ਕਰ ਦਿੰਦੀਆਂ ਉਸ ਖੰਡ ਨੂੰ, ਔਰ ਉਸ ਖੰਡ ਨੂੰ ਗੰਨੇ ਰਸ ਵਿੱਚ ਮਿਲਾ ਕੇ ਉਹਦਾ ਗੁੜ ਬਣਾ ਦਿੱਤਾ ਜਾਂਦਾ। ਅੱਜ ਕੱਲ੍ਹ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦਾ ਗੁੜ ਆ ਗਿਆ ਜਿਹੜਾ ਲੋਕ ਇਹ ਕਹਿ ਕੇ ਉਹਨੂੰ ਵੇਚ ਰਹੇ ਨੇ ਕਿ ਜਿਹਦੇ ਨਾਲ ਚਾਹ ਫੜਦੀ ਨਹੀਂ। ਆਮ ਤੌਰ ਤੇ ਦੁੱਧ ਦੀ ਜਦੋਂ ਚਾਹ ਪਾਉਂਦੇ ਸੀ ਫੜ ਜਾਂਦੇ ਸੀ, ਉਹਦੇ ਵਿੱਚ ਮਿੱਠਾ ਸੋਡਾ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਹੋਇਆ ਜਿਹਦੇ ਕਰਕੇ ਉਹ ਚਾਹ ਨਹੀਂ ਫੜਦੀਗੀ। ਕਦੀ ਵੀ ਦੁੱਧ ਦੇ ਵਿੱਚ ਗੁੜ ਪਾ ਕੇ ਨਹੀਂ ਖਾਣਾ ਚਾਹੀਦਾ ਹੈਗਾ, ਇਹਦੇ ਨਾਲ ਇਹਦੇ ਕਹਿੰਦੇ ਵੀ ਜਿਹੜਾ ਇਹਦੇ 'ਚ ਮਿੱਠਾ ਤਾਂ ਫਿਰ ਵੀ ਹੈਗਾ ਜੀ, ਇਹ ਤਾਂ ਹੈ ਨਹੀਂ ਮਿੱਠਾ ਨਹੀਂ ਹੈਗਾ ਜੀ, ਫਿਰ ਇਹ ਕਿਤੇ ਨਾ ਕਿਤੇ ਕੁਛ ਲੋਕਾਂ ਨੂੰ ਮਨਾ ਵੀ ਹੋਣਾ। ਸਤਿ ਸ਼੍ਰੀ ਅਕਾਲ ਜੀ, ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵੰਤ ਸਿੰਘ, ਮੇਰੇ ਨਾਲ ਡਾਕਟਰ ਹਰਨਾਮ ਸਿੰਘ ਜੀ। ਆਯੁਰਵੇਦ ਦੇ ਮਾਹਰ ਨੇ ਤੇ ਆਯੁਰਵੇਦ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਹਮੇਸ਼ਾ ਉਸ ਚੀਜ਼ ਦਾ ਜ਼ਿਕਰ ਆਉਂਦਾ ਤੇ ਘਰ ਘਰ ਉਹ ਚੀਜ਼ ਅੱਜ ਪਾਈ ਜਾਂਦੀ ਹੈ, ਉਹ ਹੈ ਗੁੜ। ਕੋਈ ਚੀਜ਼, ਕੋਈ ਸਮਾਂ ਸੀ ਜਦੋਂ ਕਿ ਮਿੱਠੇ ਨੂੰ ਸਿਰਫ ਗੁੜ ਦੇ ਰੂਪ ਦੇ ਵਿੱਚ ਵੇਖਿਆ ਜਾਂਦਾ ਸੀ, ਤੇ ਫਿਰ ਇੱਕ ਸਮਾਂ ਆਇਆ ਚੀਨੀ ਮਿਲਾਂ ਲੱਗੀਆਂ ਤੇ ਉਹਦੇ 'ਚ ਖੰਡ ਜਿਹੜੀ ਆ ਉਹ ਪ੍ਰਮੋਟ ਹੋਣ ਲੱਗ ਗਈ, ਕਿਉਂਕਿ ਉਹ ਚਿੱਟਾ ਰੰਗ ਸੀ ਤੇ ਉਹਦੇ ਕਰਕੇ ਜਿਹੜਾ ਉਹਨੂੰ ਦਾਣੇਦਾਰ ਸੀਗੀ ਤੇ ਉਹ ਲੋਕਾਂ ਨੇ ਉਸ ਨੂੰ ਪਸੰਦ ਕੀਤਾ। ਲੇਕਿਨ ਹੌਲੀ ਹੌਲੀ ਜਦੋਂ ਉਹਦੇ ਨੁਕਸਾਨਾਂ ਦਾ ਪਤਾ ਲੱਗਿਆ ਤੇ ਲੋਕ ਅੱਜ ਫਿਰ ਜਿਹੜੇ ਨੇ ਉਹ ਗੁੜ ਵਾਲੇ ਪਾਸੇ ਮੁੜ ਗਏ ਨੇ। ਅੱਜ ਮਾਰਕੀਟ ਦੇ ਵਿੱਚ ਤੁਸੀਂ ਵੇਖੋਗੇ ਤੇ ਚੀਨੀ ਨਾਲੋਂ ਮਹਿੰਗਾ ਗੁੜ ਵਿਕ ਰਿਹਾ। ਕਿਉਂ? ਕਿਉਂਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਗੁੜ ਖਾਣਾ ਸ਼ੁਰੂ ਹੋ ਗਏ ਨੇ। ਪਰ ਕੀ ਗੁੜ ਸਾਡੇ ਵਾਸਤੇ ਵਾਕਈ ਫਾਇਦੇਮੰਦ ਹੈ? ਕਿਹੜਾ ਗੁੜ ਸਾਡੇ ਵਾਸਤੇ ਫਾਇਦੇਮੰਦ ਹੈ? ਨਵਾਂ ਗੁੜ, ਪੁਰਾਣਾ ਗੁੜ, ਕਿੰਨਾ ਪੁਰਾਣਾ ਗੁੜ ਸਾਡੇ ਵਾਸਤੇ ਫਾਇਦੇਮੰਦ ਹੈ? ਕਿਹੜੇ ਗੁੜ ਦੇ ਵਿੱਚ ਕਿਹੜੇ ਜਿਹੜੇ ਉਹਦੇ 'ਚ ਨਿਊਟ੍ਰੀਸ਼ਨ ਫੈਕਟਸ ਨੇ, ਕੀ ਉਹਦੇ 'ਚ ਪਾਇਆ ਜਾਂਦਾ, ਕੀ ਗੁੜ ਦੇ ਨਾਲ ਕੁਛ ਬਿਮਾਰੀਆਂ ਵੀ ਠੀਕ ਕੀਤੀਆਂ ਜਾ ਸਕਦੀਆਂ ਨੇ, ਆਪਾਂ ਡਾਕਟਰ ਹਰਨਾਮ ਸਿੰਘ ਜੀ ਤੋਂ ਜਾਣਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਜੀ। ਨਿਊਜ਼ ਏਸ਼ੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਜੀ। ਸ਼ੁਕਰੀਆ ਜੀ। ਤੇ ਡਾਕਟਰ ਸਾਹਿਬ, ਗੁੜ ਜੀ, ਗੁੜ ਨੂੰ ਯਾਦ ਕਰਦੇ ਹੀ ਮੂੰਹ 'ਚ ਮਿੱਠਾ ਜਿਹੜਾ ਉੱਪਰ ਜਾਂਦਾ, ਪਰ ਅੱਜ ਦੀ ਡੇਟ ਦੇ ਵਿੱਚ ਹਾਲਾਤ ਇਹ ਨੇ ਕਿ ਮਾਰਕੀਟ 'ਚ ਜਿਹੜੇ ਗੁੜ ਵਿਕ ਰਹੇ ਨੇ ਉਹਨੂੰ ਥੋੜੀ ਲੈ ਕੇ ਤੋੜਨਾ ਪੈਂਦਾ, ਛੈਣੀ ਥੋੜੀ ਲੈ ਕੇ। ਜੀ ਜੀ। ਕੋਈ ਵੇਲਾ ਸੀਗਾ ਆਪਾਂ ਗੁੜ ਨੂੰ ਸਟੋਰ ਕਰ ਲੈਂਦੇ ਹੁੰਦੇ ਸੀਗੇ ਤੇ ਉਹ ਅੰਦਰ ਪਿਆ ਪਿਆ ਵੀ ਬੋਰੀਆਂ ਚੋਂ ਵੀ ਪਿੰਗਲ ਜਾਣਾ ਹੁੰਦਾ ਸੀ। ਜੀ ਜੀ ਜੀ। ਅੱਜ ਤਾਂ ਤੁਸੀਂ ਛੈਣੀ ਤੋੜੀ ਲਾ ਕੇ ਤੋੜਦੇ ਤਾਂ ਟੁੱਟਦਾ ਨਹੀਂ ਹੈਗਾ। ਜੀ ਜੀ ਜੀ। ਗੁੜ ਦੇ ਵਿੱਚ ਇੰਨੇ ਬਦਲਾਅ ਕਿਵੇਂ ਆ ਗਏ ਜੀ? ਕੀ ਜਿਹੜਾ ਮਾਰਕੀਟ 'ਚ ਵਿਕ ਰਿਹਾ ਗੁੜ ਉਹ ਵਾਕਈ ਹੀ ਹੈਲਦੀ ਹੈ? ਤੇ ਜੇ ਉਹ ਹੈਲਦੀ ਹੈ ਤਾਂ ਉਹ ਕਿਵੇਂ ਹੈ, ਤੇ ਜੇ ਉਹ ਖਰਾਬ ਹੈ ਤਾਂ ਉਹਦੇ ਵਿੱਚ ਕੀ ਇਹੋ ਜਿਹਾ ਪਾ ਦਿੱਤਾ ਗਿਆ ਜਿਹੜਾ ਕਿ ਉਹ ਖਰਾਬੀ ਕਰਨ ਲੱਗਦਾ? ਕੁਲਵੰਤ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਫਾਇਦਿਆਂ ਦੀ ਗੱਲ ਕਰਾਂਗੇ ਜੀ, ਵੀ ਜਿਹੜੇ ਬੈਨੀਫਿਟ ਕੀ ਨੇ ਗੁੜ ਦੇ ਖਾਣ ਦੇ, ਉਸ ਤੋਂ ਬਾਅਦ ਫਿਰ ਆਪਾਂ ਇਹਦੇ ਸਰੀਰ ਦੇ ਉੱਤੇ ਜਿਹੜੇ ਲਾਭ ਨੇ, ਮੈਡੀਸਨਲ ਇਫੈਕਟ ਨੇ, ਉਹਦੇ 'ਤੇ ਗੱਲ ਕਰਾਂਗੇ, ਤੇ ਆਖਰ ਦੇ ਵਿੱਚ ਗੁੜ ਦੀ ਪਛਾਣ ਬਾਰੇ ਆਪਾਂ ਗੱਲ ਕਰਾਂਗੇ, ਕਿਹੜਾ ਗੁੜ ਖਾਣਾ ਚਾਹੀਦਾ, ਕਿਹੜੇ ਪੇਸ਼ੈਂਟ ਨੂੰ ਖਾਣਾ ਚਾਹੀਦਾ, ਔਰ ਕਿਸ ਤਰ੍ਹਾਂ ਦਾ ਉਹ ਗੁੜ ਦੀ ਪਛਾਣ ਆਪਾਂ ਕਰ ਸਕਦੇ ਹਾਂ ਜੀ। ਗੁੜ ਜਿਹੜਾ ਹੈ ਜੀ, ਉਹਦਾ ਟ੍ਰੈਡੀਸ਼ਨ ਇਹ ਕਹਿੰਦਾ ਕਿ ਜੇ ਆਪਾਂ ਪੁਰਾਣੇ
ਆਪਣੇ ਵਿਰਸੇ ਵੱਲ ਝਾਤ ਮਾਰੀਏ। ਤੇ ਜਦੋਂ ਸਾਡੇ ਪੁਰਾਣੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਅਸੀਂ ਗੰਨੇ ਬੀਜਦੇ ਸੀ ਤੇ ਹਰ ਘਰ ਦੇ ਵਿੱਚ ਇੱਕ ਕਲਾੜੀ ਹੁੰਦੀ ਸੀ, ਪਿੰਡ ਵਿੱਚ 2-4-5 ਘਰਾਂ ਦੇ ਵਿੱਚ ਇੱਕ ਸ਼ਰਾਬ ਦੀਆਂ ਕਲਾੜੀਆਂ ਲਾਈਆਂ ਹੁੰਦੀਆਂ ਸੀ। ਉਹ ਗੁੜ ਜਿਹੜਾ ਅਸੀਂ ਬਾਜ਼ਾਰ ਚੋਂ ਨਹੀਂ ਲੈਂਦੇ ਸੀ, ਆਪਣੇ ਲੋਕਲ ਪਿੰਡਾਂ 'ਚ ਹੀ ਬਣਦਾ ਸੀ। ਉਹਨੂੰ ਸਾਫ਼ ਕਰਨ ਵਾਸਤੇ ਜਦੋਂ ਗੰਨੇ ਨੂੰ ਉਬਾਲ, ਗੰਨੇ ਦੇ ਰਸ ਨੂੰ ਉਬਾਲ ਕੇ ਗਰਮ ਕੀਤਾ ਜਾਂਦਾ ਤੇ ਉਹਦੇ ਬਾਅਦ ਉਹਦੇ ਤੋਂ ਮੈਲ ਉਤਾਰਨ ਵਾਸਤੇ ਭਿੰਡੀ ਦੇ ਬੀਜ ਪਾਏ ਜਾਂਦੇ ਸੀਗੇ। ਫਿਰ ਹੌਲੀ ਹੌਲੀ ਜਿਵੇਂ ਇਹਦੇ 'ਚ ਲੋਕਾਂ ਨੂੰ ਸੋਹਣਾ ਦੇਖਣ ਦੀ ਆਦਤ ਹੈ, ਹਰ ਚੀਜ਼ ਨੂੰ ਲਿਸ਼ਕਾ ਕੇ ਦੇਖਣ ਦੀ ਆਦਤ ਹੈ, ਤੇ ਉਹਦੇ ਲਈ ਉਹਨਾਂ ਨੇ ਮਿੱਠਾ ਸੋਡਾ ਪਾਉਣਾ ਸ਼ੁਰੂ ਕਰਤਾ ਜੀ, ਉਹਦੇ ਉੱਤੋਂ ਮੈਲ ਲੈਂਦੇ ਗਏ। ਜੇ ਫਾਇਦੇ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਫਾਇਦੇਮੰਦ ਜਿਹੜਾ ਗੁੜ ਹੈ ਉਹ ਪੁਰਾਣਾ ਗੁੜ ਹੁੰਦਾ, ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਂਦਾ ਇਹਦੇ ਗੁਣ ਵੱਧਦੇ ਜਾਂਦੇ ਨੇ। ਐਕਚੁਅਲ 'ਚ ਇਹਦੇ 'ਚ ਨੈਚੁਰਲ ਫਰਮੈਂਟੇਸ਼ਨ ਆਪਣੇ ਆਪ ਹੁੰਦੀ ਹੈ, ਜਿਹਦੇ ਕਰਕੇ ਇਹਦੇ 'ਚ ਮੈਗਨੀਸ਼ੀਅਮ ਅਤੇ ਫੋਸਫੋਰਸ ਜਿਹੜਾ ਬਹੁਤ ਵੱਧ ਜਾਂਦਾ। ਜੇ ਗੱਲ ਕਰੀਏ ਗੰਨੇ ਦੇ ਰਸ ਨਾਲੋਂ ਜਿਹੜਾ ਫਾਸਫੋਰਸ ਅਤੇ ਆਇਰਨ ਦੀ ਮਾਤਰਾ ਜਿਹੜੀ ਹੈ ਉਹ ਗੁੜ ਦੇ ਵਿੱਚ ਜ਼ਿਆਦਾ ਜੀ, ਅਤੇ ਜਦੋਂ ਗੁੜ ਖਾਂਦਾ ਪੇਸ਼ੈਂਟ ਉਹਦੇ ਨਾਲ ਉਹਦੇ ਸਰੀਰ ਦੇ ਵਿੱਚ ਜਿਹੜੀ ਹੈ ਆਇਰਨ ਦੀ ਜਿਹੜੀ ਘਾਟ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇ ਗੱਲ ਕਰੀਏ ਪੋਟਾਸ਼ੀਅਮ ਹੈਗਾ, ਮੈਗਨੀਸ਼ੀਅਮ ਹੈਗਾ, ਫਾਸਫੋਰਸ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ। ਜਦੋਂ ਸਾਡੇ ਸਰੀਰ ਦੇ ਵਿੱਚ ਐਸਿਡਿਕ ਹੁੰਦਾ ਸਰੀਰ ਜੀ, ਤੇ ਉਹਨੂੰ ਸਾਫ਼ ਕਰਨ ਲਈ ਫਾਸਫੋਰਸ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ। ਸੋ ਇਹ ਸਾਰੇ ਜਿਹੜੇ ਤੱਤ ਨੇ ਸਾਡੇ ਸਰੀਰ ਨੂੰ ਲੋੜੀਂਦੇ ਨੇ, ਪਰ ਜਿਹੜੇ ਅੱਜ ਮਾਰਕੀਟ 'ਚ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਬਹੁਤ ਸਖ਼ਤ ਗੁੜ ਆਉਂਦਾ ਉਹਨੂੰ ਥੋੜ੍ਹੀ ਨਾ ਤੋੜਨਾ ਪੈਂਦਾ, ਉਹਦਾ ਕਾਰਨ ਹੈ ਜੀ ਜਿਹੜੇ ਮਿੱਲਾਂ ਦੇ ਵਿੱਚ ਜਦੋਂ ਸਟੋਰ ਕੀਤੀ ਜਾਂਦੀ ਹੈ ਚੀਨੀ, ਜਿਵੇਂ ਗੁੜ ਕੋਈ ਵੀ ਮਿੱਠੀ ਚੀਜ਼ ਹੈ ਉਹਨੂੰ ਟੈਂਕ ਪਾ ਕੇ ਮੋਇਸਚਰ ਕੈਚ ਕਰਦੀ ਹੈ, ਉਹ ਹਵਾ 'ਚੋਂ ਨਮੀ ਨੂੰ ਆਪਦੇ ਵੱਲ ਖਿੱਚਦੀ ਹੈ। ਜਿਹੜੀਆਂ ਬੋਰੀਆਂ ਧਰਤੀ ਦੇ ਨੇੜੇ ਪਈਆਂ ਹੁੰਦੀਆਂ ਨੇ ਜਾਂ ਇਹ ਲਾ ਲਓ ਬਿਲਕੁਲ ਲਾਸਟ ਵਾਲੀਆਂ ਜਿਹੜੀਆਂ ਬੋਰੀਆਂ ਹੁੰਦੀਆਂ, ਤੇ ਉਹਨਾਂ ਦੀ ਜਿਹੜੀ ਜਿਹੜੀ ਚੀਨੀ ਹੈ ਖੰਡ ਹੈ ਉਹ ਕਾਲੀ ਹੋ ਜਾਂਦੀ ਹੈ ਜਾਂ ਭੂਰੀ ਹੋ ਜਾਂਦੀ ਹੈ, ਦੇਖਣ ਨੂੰ ਉਹ ਸੋਹਣੀ ਨਹੀਂ ਲੱਗਦੀ ਗੀ, ਤੇ ਜਿਹਦੇ ਕਰਕੇ ਉਹ ਕੰਪਨੀਆਂ ਰਿਜੈਕਟ ਕਰ ਦਿੰਦੀਆਂ ਉਸ ਖੰਡ ਨੂੰ, ਔਰ ਉਸ ਖੰਡ ਨੂੰ ਗੰਨੇ ਰਸ ਵਿੱਚ ਮਿਲਾ ਕੇ ਉਹਦਾ ਗੁੜ ਬਣਾ ਦਿੱਤਾ ਜਾਂਦਾ, ਜੋ ਦੇਖਣ ਨੂੰ ਗੁੜ ਵਰਗਾ ਲੱਗਦਾ ਪਰ ਉਹ ਕਿਤੇ ਨਾ ਕਿਤੇ ਖੰਡ ਹੀ ਹੁੰਦੀ ਹੈ। ਅੱਜ ਕੱਲ੍ਹ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦਾ ਗੁੜ ਆ ਗਿਆ ਜਿਹੜਾ ਲੋਕ ਇਹ ਕਹਿ ਕੇ ਉਹਨੂੰ ਵੇਚ ਰਹੇ ਨੇ ਕਿ ਜਿਹਦੇ ਨਾਲ ਚਾਹ ਫੜਦੀ ਨਹੀਂ, ਆਮ ਤੌਰ ਤੇ ਦੁੱਧ ਦੀ ਜਦੋਂ ਚਾਹ ਪਾਉਂਦੇ ਸੀ ਫੜ ਜਾਂਦੀ ਸੀ, ਉਹਦੇ ਵਿੱਚ ਮਿੱਠਾ ਸੋਡਾ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਹੋਇਆ ਜਿਹਦੇ ਕਰਕੇ ਉਹ ਚਾਹ ਨਹੀਂ ਫੜਦੀਗੀ, ਜਾਂ ਜੇ ਗੱਲ ਕਰੀਏ ਤਾਂ ਉਹ ਖੰਡ ਤੋਂ ਬਣਿਆ ਹੋਇਆ ਗੁੜ ਹੈ ਜੀ। ਤੇ ਡਾਕਟਰ ਸਾਹਿਬ ਕਿਹਾ ਜਾਂਦਾ ਵੀ ਗੁੜ ਜਿਹੜਾ ਹੈ ਉਹ ਪਾਚਨ ਕਿਰਿਆ ਦੇ ਵਿੱਚ ਬਹੁਤ ਸਹਾਈ ਹੁੰਦਾ ਹੈ, ਤੇ ਅਕਸਰ ਵੇਖਿਆ ਜਾਵੇ ਤਾਂ ਆਪਾਂ ਪਿੰਡਾਂ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਜਿਹੜਾ ਗੁੜ ਦਿੱਤਾ ਜਾਂਦਾ ਵੀ ਗੁੜ, ਤੇ ਕੋਈ ਘਰ 'ਚ ਪ੍ਰਾਹੁਣਾ ਵੀ ਆ ਜਾਏ ਨਾ ਤੇ ਉਹਨੂੰ ਫਿਰ ਘਿਓ ਸ਼ੱਕਰ ਮਿਕਸ ਕਰਕੇ ਦਿੱਤੀ ਜਾਂਦੀ ਹੈ ਵੀ ਇਹ, ਤਾਂ ਹੀ ਇੱਕ ਗੱਲ ਕਹੀ ਜਾਂਦੀ ਹੈ ਕਿ ਤੁਹਾਡੇ ਮੂੰਹ 'ਚ ਕੀ ਸ਼ੱਕਰ। ਜੀ 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 ਜੀ, ਇਹ ਵੀ ਥੋੜ੍ਹਾ ਦੱਸ ਦਿਓ ਉਹਦੇ ਪਿੱਛੇ। ਜੀ ਜੀ ਬਿਲਕੁਲ, ਜੇ ਗੱਲ ਕਰੀਏ ਸਾਡੇ ਜਿਹੜੇ ਬੋਡੀ ਦੇ ਵਿੱਚ ਨੈਚੁਰਲ ਐਨਜ਼ਾਈਮ ਨੇ ਉਹਨੂੰ ਇਨਹੈਂਸ ਕਰਨ ਦੇ ਲਈ, ਉਹਨਾਂ ਨੂੰ ਤਾਕਤਵਰ ਕਰਨ ਲਈ, ਉਹਨਾਂ ਦੀ ਮਾਤਰਾ ਵਧਾਉਣ ਵਾਸਤੇ ਗੁੜ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਦੂਸਰਾ ਜਿਹੜਾ ਸਾਡੀ ਖੁਸ਼ੀ ਦੇ ਨਾਲ ਇਸ ਚੀਜ਼ ਨੂੰ ਜੋੜਿਆ ਜਾਂਦਾ, ਤੇ ਮੈਂ ਦਰਸ਼ਕਾਂ ਨੂੰ ਦੱਸਦਾ ਜਿਵੇਂ ਮੂਡ ਨੂੰ ਸੈੱਟ ਕਰਨ ਲਈ ਵੈਸਟਰਨ ਕੰਟਰੀ ਦੇ ਵਿੱਚ ਲੋਕ ਚੋਕਲੇਟ ਖਾਂਦੇ ਨੇ ਜੀ, ਕਿਉਂਕਿ ਉਹਦੇ ਨਾਲ ਸਾਡੀ ਬੋਡੀ ਡੋਪਾਮਾਈਨ ਰਿਲੀਜ਼ ਹੁੰਦਾ ਬਿਲਕੁਲ, ਜੋ ਸਾਨੂੰ ਖੁਸ਼ੀ ਦਾ ਅਹਿਸਾਸ ਦਿੰਦਾ। ਇਸੇ ਤਰ੍ਹਾਂ ਜਦੋਂ ਅਸੀਂ ਮਿੱਠਾ ਖਾਂਦੇ ਹਾਂ ਤੇ ਉਹਦੇ ਨਾਲ ਵੀ ਸਾਨੂੰ ਉਸੇ ਤਰ੍ਹਾਂ ਦਾ ਅਹਿਸਾਸ ਹੁੰਦਾ। ਔਰ ਜਿਹੜਾ ਗੁੜ ਹੈ ਇਹ ਆਮ ਤੌਰ ਤੇ ਹਰ ਘਰ ਚ ਪਾਇਆ ਜਾਂਦਾ ਸੀ, ਗੁੜ ਤੇ ਸ਼ੱਕਰ, ਸ਼ੱਕਰ ਵੀ ਉਹ ਗੁੜ ਗਿੱਲੇ ਜਦੋਂ ਗੁੜ ਹੁੰਦਾ ਬਣ ਰਿਹਾ ਹੁੰਦਾ ਉਹਨੂੰ ਹੱਥਾਂ ਨਾਲ ਭੋਰ ਕੇ ਗੁੜ ਤੋਂ ਸ਼ੱਕਰ ਦੇ ਰੂਪ ਚ ਬਣਾ ਲਿਆ ਜਾਂਦਾ ਬਿਲਕੁਲ। ਸੋ ਜਿਹੜੀ ਉਹ ਸ਼ੱਕਰ ਹੈ, ਸ਼ੱਕਰ ਦੀ ਜਿਹੜੀ ਤਸੀਰ ਹੈ ਉਹਨੂੰ ਠੰਡਾ ਮੰਨਿਆ ਗਿਆ। ਆਮ ਤੌਰ ਤੇ ਜਦੋਂ ਘਿਓ ਦੇ ਨਾਲ ਅਸੀਂ ਸ਼ੱਕਰ ਖਾਂਦੇ ਹਾਂ ਉਹ ਸਾਡੇ ਸਰੀਰ ਦੇ ਵਿੱਚ ਨਿਊਟ੍ਰੀਸ਼ਨ ਦੀ ਜਿਹੜੀ ਕੈਲਸ਼ੀਅਮ ਦੀ ਘਾਟ ਹੈ ਉਹਨੂੰ ਪੂਰਾ ਕਰਦੀ ਹੈ। ਸੋ ਤਾਂ ਕਰਕੇ ਇਸ ਟ੍ਰੈਡੀਸ਼ਨ ਨੂੰ ਸਾਡੇ ਕਲਚਰ ਦੇ ਨਾਲ ਜੋੜਿਆ ਗਿਆ ਜੀ। ਕਹਿੰਦੇ ਵੀ ਜੇ ਸਵੇਰੇ ਉੱਠ ਕੇ ਇੱਕ ਡਲੀ ਗੁੜ ਦੀ ਜੀ ਉਹਨੂੰ ਥੋੜ੍ਹੀ ਜਿਹੀ ਛੋਟੀ ਛੋਟੀ ਦੰਦੀ ਵੱਟ ਕੇ ਤੇ ਨਾਲ ਗਰਮ ਚਾਹ ਵਰਗਾ ਗਰਮ ਪਾਣੀ ਨਾਲ ਪੀਤਾ ਜਾਵੇ ਗਲਾਸ ਦੇ, ਪੇਟ ਸਾਫ਼ ਹੋਏ।
ਜੀ ਹਾਂ ਬਿਲਕੁਲ, ਜਿਹੜਾ ਗੁੜ ਹੈ, ਗੁੜ ਦੀ ਜਿਹੜੀ ਆਪਣੀ ਆਪ ਦੀ ਇੱਕ ਲੈਗਜੈਟਿਵ ਇਹਦੀ ਵੈਲਿਊ ਹੈਗੀ ਹੈ। ਜੇ ਤੁਸੀਂ ਖਾਣੇ ਦੀ ਗੱਲ ਕੀਤੀ, ਜਿਵੇਂ ਆਪਣੇ ਪੁਰਾਣੇ ਘਰਾਂ ਦੇ ਵਿੱਚ ਰਵਾਇਤ ਹੁੰਦੀ ਸੀ ਕਿ ਰਾਤ ਦੇ ਖਾਣੇ ਤੋਂ ਬਾਅਦ ਯਾਰ ਹਰ ਖਾਣੇ ਤੋਂ ਬਾਅਦ ਗੁੜ ਖਾਣ ਦੀ ਆਦਤ ਸੀਗੀ, ਉਹਦਾ ਕਾਰਨ ਇਹ ਸੀਗਾ ਕਿ ਸਾਡੇ ਖੁਰਾਕ ਪਹਿਲਾਂ ਬਹੁਤ ਜ਼ਿਆਦਾ ਹੁੰਦੀ ਸੀਗੀ। ਜਦੋਂ ਅਸੀਂ ਮੱਕੀ ਖਾਂਦੇ ਸੀ, ਮੋਟੇ ਅਨਾਜ ਖਾਂਦੇ ਸੀ, ਤੇ ਉਹਦੇ ਨਾਲ ਸਾਡੇ ਸਰੀਰ ਦੇ ਵਿੱਚ ਪਾਣੀ ਜਿਹੜਾ ਸਰੀਰ ਜ਼ਿਆਦਾ ਚੂਸਦਾ ਸੀਗਾ, ਜਿਹਦੇ ਨਾਲ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਸੀ। ਉਸ ਚੀਜ਼ ਨੂੰ ਹਜ਼ਮ ਕਰਨ ਵਾਸਤੇ ਲੈਗਜ਼ੇਟਿਵ ਦੇ ਤੌਰ ਤੇ ਗੁੜ ਨੂੰ ਵਰਤਿਆ ਜਾਂਦਾ ਸੀਗਾ। ਔਰ ਦੂਸਰਾ ਜਿਹੜਾ ਸਾਡੇ ਸਾਡੀ ਜਿਹੜੀ ਗੱਟ ਹੈਲਥ ਹੈ, ਜਿਹੜੀ ਲਾਰਜ ਇੰਟੈਸਟਾਈਨ ਦੇ ਵਿੱਚ ਜਿਹੜਾ ਗੁੱਡ ਬੈਕਟੀਰੀਆ, ਉਹਨੂੰ ਇਨਹੈਂਸ ਕਰਨ ਵਾਸਤੇ ਜਿਹੜਾ ਗੁੜ ਦਾ ਬਹੁਤ ਵੱਡਾ ਯੋਗਦਾਨ ਹੈ। ਜੀ ਇਹਦੇ ਨਾਲ ਹੀ ਜਿਹੜਾ ਉਹ ਜਦੋਂ ਆਪਾਂ ਸਵੇਰੇ ਇਹਨੂੰ ਖਾਂਦੇ ਹਾਂ ਗਰਮ ਪਾਣੀ ਦੇ ਨਾਲ, ਤੇ ਉਹ ਫਿਰ ਇੱਕ ਜਿਹੜਾ ਆਪਣਾ ਜਿਹੜਾ ਪੈਕ ਆ ਉਹ ਕਲੀਅਰ ਕਰਦਾ ਸਲਾਈਵਾ। ਹਾਂਜੀ, ਜਿਹੜਾ ਸਲਾਈਵਾ ਸਾਡਾ ਐਕਚੁਅਲ 'ਚ ਸਿਸਟਮ ਸਾਰਾ ਸਲਾਈਵਾ ਤੋਂ ਚੱਲਦਾ ਜੀ। ਸਾਡਾ ਡਾਈਜੈਸ਼ਨ ਦਾ ਜਿਹੜਾ ਸਹੀ ਹੋਣ ਦਾ ਕਾਰਨ ਹੈ ਕਿ ਸਾਡਾ ਜਿਹੜਾ ਸਲਾਈਵਾ ਪ੍ਰੋਪਰ ਸਾਡੀ ਬੋਡੀ ਦੇ ਸਾਡੇ ਅੰਦਰ ਜਾਵੇ। HCL ਦੇ ਨਾਲ ਜਦੋਂ ਸਾਡਾ ਸਲਾਈਵਾ ਰਲਦਾ, ਉਹਦੇ ਨਾਲ ਸਾਡਾ ਜਿਹੜਾ ਪਾਚਨ ਹੈ ਉਹ ਸੁਧਰਦਾ। ਬੇਸਿਕਲੀ ਜਦੋਂ ਅਸੀਂ ਖਾਣਾ ਚਬਾ ਕੇ ਪ੍ਰੋਪਰ ਖਾਂਦੇ ਹਾਂ, ਤੇ ਉਹਦੇ ਨਾਲ ਸਾਡਾ ਸਲਾਈਵਾ ਉਨਾ ਜ਼ਿਆਦਾ ਅੰਦਰ ਜਾਂਦਾ, ਤੇ ਜਦੋਂ ਅਸੀਂ ਗੁੜ ਖਾਂਦੇ ਹਾਂ, ਗੁੜ ਦੇ ਨਾਲ ਸਾਡੇ ਜਿਹੜੇ ਸਲਾਈਵਾ ਗਲੈਂਡਸ ਨੇ ਉਹ ਇਨਹੈਂਸ ਹੁੰਦੇ, ਤੇ ਉਹਦੇ ਨਾਲ ਸਾਡਾ ਸਲਾਈਵਾ ਵਧੀਆ ਬਣਦਾ, ਜ਼ਿਆਦਾ ਬਣਦਾ। ਤੇ ਜਿੰਨਾ ਜ਼ਿਆਦਾ ਬਣੇਗਾ, ਤੇ ਜਦੋਂ ਅਸੀਂ ਪਾਣੀ ਨਾਲ ਉਹਨੂੰ ਅੰਦਰ ਲੰਘਾਵਾਂਗੇ, ਉਹ ਜਾ ਕੇ ਸਾਡੇ ਡਾਈਜੈਸ਼ਨ ਨੂੰ ਇੰਪਰੂਵ ਕਰੇਗਾ। ਇੱਕ ਚੀਜ਼ ਦਰਸ਼ਕਾਂ ਜਾਣਕਾਰੀ ਲਈ ਮੈਂ ਦੱਸਦਾ, ਗੁੜ ਹੈ ਜਿਹੜਾ ਉਹ ਤੁਸੀਂ ਰੋਟੀ ਦੇ ਨਾਲ ਖਾ ਸਕਦੇ ਹੋ, ਮਿੱਠੇ ਦੇ ਤੌਰ ਤੇ ਖਾ ਸਕਦੇ ਹੋ, ਪਰ ਆਮ ਤੌਰ ਤੇ ਲੋਕ ਕਹਿੰਦੇ ਕਿ ਜੀ ਗੁੜ ਨੂੰ ਅਸੀਂ ਦੁੱਧ ਚ ਪਾ ਲਈਏ, ਜਾਂ ਤਾਂ ਪਹਿਲਾਂ ਗੁੜ ਖਾਓ ਦੁੱਧ ਪੀਣ ਤੋਂ ਪਹਿਲਾਂ, ਤੇ ਜਾਂ ਦੁੱਧ ਪੀ ਲਓ ਉਸ ਤੋਂ ਬਾਅਦ ਗੁੜ ਖਾਓ। ਕਦੀ ਵੀ ਦੁੱਧ ਦੇ ਵਿੱਚ ਗੁੜ ਪਾ ਕੇ ਨਹੀਂ ਖਾਣਾ ਚਾਹੀਦਾ ਹੈਗਾ, ਇਹਦੇ ਨਾਲ ਇਹਦੇ ਫਾਇਦੇ ਦੀ ਜਗ੍ਹਾ ਤੇ ਕਿਤੇ ਨਾ ਕਿਤੇ ਆਪਾਂ ਨੂੰ ਨੁਕਸਾਨ ਦੇਖਣ ਨੂੰ ਮਿਲ ਸਕਦੇ ਹੈ। ਡਾਕਟਰ ਸਾਹਿਬ, ਗੁੜ ਤੇ ਛੋਲੇ ਜੀ, ਇਹ ਇੱਕ ਆਪਣੇ ਆਪ 'ਚ ਬੜਾ ਬਾ ਕਮਾਲ ਜਿਹੜਾ ਕੰਬੀਨੇਸ਼ਨ ਹੈਗਾ। ਤੇ ਗੁੜ ਜਿਹੜਾ ਹੈਗਾ ਉਹ ਗੁੜ ਤੇ ਛੋਲੇ ਮੈਂ ਸੁਣਿਆ ਸੀਗਾ ਕਿ ਫੌਜੀਆਂ ਨੂੰ ਵੀ ਜਿਹੜਾ ਜਦੋਂ ਜੰਗ ਦੇ ਉੱਤੇ ਜਾਂਦੇ ਨੇ ਇਹਨਾਂ ਦੇ ਕੋਲ ਰਹਿੰਦਾ ਹਮੇਸ਼ਾ। ਜੀ ਜੀ ਜੀ, ਤਾਂ ਕਿ ਜੇ ਕਿਤੇ ਖਾਣੇ ਦੀ ਕਮੀ ਹੋਵੇ ਜਾਂ ਕਿਤੇ ਹੋਵੇ ਤੇ ਇਹਨਾਂ ਨੂੰ ਮੌਕੇ ਦੇ ਉੱਤੇ ਜਿਹੜਾ ਇਹ ਗੁੜ ਜੀ ਛੋਲੇ ਜਿਹੜੇ ਉਹ ਉਹਨਾਂ ਦੀ ਅੰਦਰ ਨਿਊਟ੍ਰੀਸ਼ਨ ਵੈਲਿਊ ਜਿਹੜੀ ਉਹ ਪੂਰੀ ਕਰ ਦਿੰਦੇ ਆ ਜੀ। ਥੋੜਾ ਜਿਹਾ ਵੀ ਖੁਲਾਸਾ ਕਰ ਦੇ ਕੁਲਵੰਤ ਜੀ, ਇਕੱਲੇ ਛੋਲੇ ਤੇ ਗੁੜ ਦੀ ਗੱਲ ਨਹੀਂ, ਕਿਉਂਕਿ ਜਿਹੜੇ ਛੋਲੇ ਆ ਉਹ ਸਾਰਾ ਸਾਲ ਤੁਸੀਂ ਖਾ ਸਕਦੇ ਹੋ, ਪ੍ਰੋਟੀਨ ਦਾ ਇੱਕ ਰਿਚ ਸੋਰਸ ਹੈ। ਸੈਕੰਡਲੀ ਉਹ ਖਰਾਬ ਨਹੀਂ ਹੁੰਦੇ ਛੇਤੀ ਕਿਤੇ, ਉਹਨੂੰ ਪ੍ਰੋਸੈਸ ਕਰਨ ਦੀ ਲੋੜ ਨਹੀਂ। ਸਿਰਫ ਭੁੱਜੇ ਹੋਏ ਛੋਲੇ ਜਿਹੜੇ ਤੁਸੀਂ ਉਹਨੂੰ ਮੋਇਸਚਰ ਨਾਲ ਲੱਗੇ ਤੇ ਭਾਵੇਂ ਚਾਹੇ 2 ਸਾਲ 4 ਸਾਲ ਰੱਖ ਲਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਇਸੇ ਤਰ੍ਹਾਂ ਜਦੋਂ ਗੁੜ ਤੇ ਛੋਲਿਆਂ ਦਾ ਮਿਸ਼ਰਣ ਜਿਹੜਾ ਉਹ ਸਾਰਾ ਸਾਲ ਅਸੀਂ ਹਰ ਸੀਜ਼ਨ ਦੇ ਵਿੱਚ ਖਾ ਸਕਦੇ ਹਾਂ, ਇਸ ਲਈ ਉਹਨੂੰ ਇੱਕ ਲੜਾਈ ਦੇ ਵਿੱਚ ਵੀ ਫੌਜੀ ਵਰਤਦੇ ਆ, ਪੁਰਾਣੇ ਸਮਿਆਂ 'ਚ ਸਿਪਾਹੀ ਵਰਤਦੇ ਹੁੰਦੇ ਸੀਗੇ। ਸਰਦੀਆਂ ਦੇ ਵਿੱਚ, ਕਿਉਂਕਿ ਆਪਣੇ ਅੱਜ ਕੱਲ੍ਹ ਜਿਵੇਂ ਸਰਦੀਆਂ ਦਾ ਮੌਸਮ ਚੱਲ ਰਿਹਾ, ਇਹਦੇ ਵਿੱਚ ਗੁੜ ਦੇ ਨਾਲ ਤਿਲਾਂ ਦਾ ਠੀਕ ਹੈ, ਗੱਚਕ ਮੂੰਗਫਲੀ ਦੀ ਗੱਚਕ ਜਿਹੜੀ ਹੈ, ਜਾਂ ਤਿਲਾਂ ਦੇ ਲੱਡੂ ਹੈ ਜਿਹੜੇ ਹੈ, ਵੈਸਟ ਬੰਗਾਲ 'ਚ ਬਹੁਤ ਜ਼ਿਆਦਾ ਲੋਕ ਖਾਂਦੇ ਨੇ। ਸੋ ਜਿਹੜਾ ਗੁੜ ਹੈ ਉਹ ਕਿਸੇ ਵੀ ਚੀਜ਼ ਦੇ ਨਾਲ ਜਦੋਂ ਲਾਉਣੇ ਆ ਆਪਾਂ, ਉਹਦੇ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈ ਉਹਨੂੰ ਡਬਲ ਕਰ ਦਿੰਦਾ, ਉਹਨੂੰ ਡਾਈਜੈਸ਼ਨ ਕਰਨ ਦੇ ਵਿੱਚ ਉਹਦਾ ਇੱਕ ਬਹੁਤ ਵੱਡਾ ਰੋਲ ਹੈ। ਬਿਲਕੁਲ ਜੀ, ਆਇਰਨ ਜਿਹੜਾ ਗੁੜ ਦੇ ਵਿੱਚ ਵੀ ਬਹੁਤ ਹੈਗਾ, ਆਇਰਨ ਜਿਹੜਾ ਛੋਲਿਆਂ ਦੇ ਵਿੱਚ ਵੀ ਬਹੁਤ ਹੈਗਾ, ਤੇ ਇਸ ਕਰਕੇ ਖੂਨ ਵਧਾਉਣ ਦੇ ਵਿੱਚ ਬੜਾ ਕੰਮ ਕਰਦੇ ਹੈਗਾ, ਤੇ ਫੌਜੀਆਂ ਨੂੰ ਲੜਨ ਵਾਸਤੇ ਜਿਹੜਾ ਹੈਗਾ ਉਹ ਬੋਡੀ ਦੇ ਅੰਦਰ ਜਿਹੜਾ ਖੂਨ ਤੇ ਪ੍ਰੋਟੀਨ ਦੀ ਵੱਧ ਲੋੜ ਹੁੰਦੀ ਹੈ, ਤੇ ਪ੍ਰੋਟੀਨ ਤੇ ਖੂਨ ਜਿਹੜਾ ਬਲੱਡ ਹੈ, ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹਦੇ 'ਚ ਕਾਫੀ ਫਾਇਦਾ ਹੁੰਦੀ ਹੈ। ਗੁੜ ਜਿਹੜੇ ਨੇ ਕਹਿੰਦੇ 3 ਤਰ੍ਹਾਂ ਦੇ ਹੁੰਦੇ ਨੇ ਜੀ, ਇੱਕ ਜਿਹੜਾ ਆਮ ਗੁੜ ਹੈਗਾ, ਇੱਕ ਖਜੂਰ ਦਾ ਗੁੜ ਹੈਗਾ, ਇੱਕ ਨਾਰੀਅਲ ਦਾ ਗੁੜ ਹੈਗਾ। ਹਾਂਜੀ, ਕੁਲਵੰਤ ਜੀ, ਜਿਵੇਂ ਤੁਸੀਂ ਸੁਣਿਆ ਹੋਣਾ ਕਿ ਗੂੰਦ ਕੱਢਦੇ ਆ ਦਰਖਤਾਂ ਨੂੰ ਪੱਚ ਲਾ ਕੇ, ਕਈ ਦਰਖਤ ਇਹੋ ਜਿਹੇ ਨੇ ਜਿਨ੍ਹਾਂ ਦੇ ਰਸ ਜਿਹੜਾ ਨਿਕਲਦਾ ਉਹਦੇ 'ਚ ਮਿਠਾਸ ਬਹੁਤ ਜ਼ਿਆਦਾ ਹੁੰਦੀ ਹੈ। ਜਿਵੇਂ ਗੱਲ ਕਰੀਏ ਖਜੂਰ ਦੀ, ਖਜੂਰ ਦੇ ਦਰਖਤ ਨੂੰ ਪੱਚ ਲਾ ਕੇ ਥੱਲੇ ਮਟਕੇ ਟਾਈਪ ਛੋਟੀਆਂ ਛੋਟੀਆਂ ਨਾਲ ਟੰਗ ਦਿੰਦੇ ਨੇ, ਉਹਦੇ ਵਿੱਚ ਜਿਹੜਾ ਉਹਦਾ ਰਸ ਨਿਕਲਦਾ ਉਸ ਰਸ ਨੂੰ ਅੱਗੇ ਉਬਾਲ ਕੇ ਉਸੇ ਤਰ੍ਹਾਂ ਗੁੜ ਦੀ ਤਰ੍ਹਾਂ
ਗੰਨੇ ਦੇ ਰਸ ਨੂੰ ਜਿਵੇਂ ਆਪਾਂ ਪ੍ਰੋਸੈਸ ਕਰਦੇ ਹਾਂ ਉਸੇ ਤਰ੍ਹਾਂ ਉਹਨੂੰ ਉਸ ਰਸ ਨੂੰ ਪ੍ਰੋਸੈਸ ਕਰਕੇ ਜਿਹੜਾ ਉਹ ਪਾਮ ਜੈਗਰੀ ਦੇ ਨਾਮ ਤੇ ਜਿਹਨੂੰ ਆਪਾਂ ਖਜੂਰ ਦਾ ਗੁੜ ਕਹਿੰਦੇ ਹਾਂ ਸਾਦੀ ਭਾਸ਼ਾ ਚ, ਉਹ ਵਰਤਿਆ ਜਾਂਦਾ ਕਿਉਂਕਿ ਉਹ ਖਜੂਰ ਦਾ ਜਿਹੜਾ ਰਸ ਹੈ ਬਹੁਤ ਘੱਟ ਨਿਕਲਦਾ, ਇਸ ਕਰਕੇ ਥੋੜਾ ਕੋਸਟਲੀ ਹੁੰਦਾ, ਪਰ ਉਹਦੀ ਜਿਹੜੀ ਨਿਊਟ੍ਰੀਸ਼ਨ ਵੈਲਿਊ ਜੇ ਗੱਲ ਕਰੀਏ ਆਮ ਗੁੜ ਨਾਲੋਂ 3-4 ਗੁਣਾ ਜ਼ਿਆਦਾ ਹੁੰਦੀ, ਜ਼ਿਆਦਾ ਉਹ ਘੱਟ ਖਾਣ ਦੀ ਲੋੜ ਪੈਂਦੀ ਹੈ। ਥਰਡ ਜੇ ਤੁਸੀਂ ਗੱਲ ਕੀਤੀ ਹੈ ਕੋਕੋਨਟ ਦਾ, ਕੋਕੋਨਟ ਤੇ ਜਿਹੜਾ ਨਾਰੀਅਲ ਦਾ ਦਰਖਤ ਤੇ ਜਿਹੜਾ ਖਜੂਰ ਦਾ ਦਰਖਤ ਹੈ, ਐਂ ਲਾ ਲਓ ਵੀ ਸਗੀਆਂ ਭੈਣਾਂ ਹੀ ਹੈ, ਬਿਲਕੁਲ ਦੇਖਣ ਨੂੰ ਇੱਕੋ ਜਿਹਾ ਹੀ ਲੱਗਦਾ। ਸੋ ਉਸੇ ਤਰ੍ਹਾਂ ਉਹਦੇ ਰਸ ਚੋਂ ਵੀ ਜਿਹੜਾ ਗੰਨੇ ਜਿਹੜਾ ਨਾਰੀਅਲ ਦਾ ਦਰਖਤ ਹੈ ਉਹਨੂੰ ਕੱਟ ਲਾ ਕੇ ਵੀ ਉਸੇ ਤਰ੍ਹਾਂ ਰਸ ਲਿਆ ਜਾਂਦਾ, ਉਹ ਰਸ ਨੂੰ ਜਦੋਂ ਉਬਾਲ ਕੇ ਗੁੜ ਬਣਾਇਆ ਜਾਂਦਾ ਤੇ ਉਹਨੂੰ ਕੋਕੋਨਟ ਜੈਗਰੀ ਕਿਹਾ ਜਾਂਦਾ। ਸੋ ਉਹਦੀ ਵੀ ਇੱਕ ਨਿਊਟ੍ਰੀਸ਼ਨ ਵੈਲਿਊ ਆਪਦੀ ਅਲੱਗ ਹੈ। ਬਿਲਕੁਲ ਜੀ, ਕਹਿੰਦੇ ਜਿਹੜਾ ਖਜੂਰ ਦਾ ਜਿਹੜਾ ਗੁੜ ਹੁੰਦਾ ਉਹਦੇ ਵਿੱਚ ਜਿਹੜਾ ਮਿੱਠਾ ਹੈਗਾ ਉਹ ਬੋਡੀ ਦੇ ਅੰਦਰ ਜਦੋਂ ਮਿੱਠਾ ਜਾਂਦਾ ਤੇ ਉਹਦੇ ਨਾਲ ਸ਼ੂਗਰ ਜਿਹੜੀ ਆ ਉਹ ਬੋਡੀ ਦੀ ਉਹ ਵਧਦੀ ਨਹੀਂ ਹੈਗੀ, ਘੱਟ ਵੱਧ ਗਲਾਈਸੀਮਿਕ ਇੰਡੈਕਸ, ਗਲਾਈਸੀਮਿਕ ਇੰਡੈਕਸ ਬਹੁਤ ਘੱਟ ਹੁੰਦਾ ਜਿਹਦੇ ਕਰਕੇ ਇੱਕਦਮ ਬੰਦੇ ਨੂੰ ਜਿਹੜਾ ਉਹ ਸ਼ੂਗਰ ਦਾ ਝਟਕਾ ਨਹੀਂ ਵੱਜਦਾ ਹੈਗਾ, ਜਿਹਦੇ ਨਾਲ ਬੋਡੀ ਦੇ ਵਿੱਚ ਜਿਹੜੀ ਜੇ ਸਾਦੀ ਭਾਸ਼ਾ ਚ ਮੈਂ ਕਹਾਂ ਤਾਂ ਜਿਹੜੇ ਲੋਕਾਂ ਨੂੰ ਸ਼ੂਗਰ ਹੈ ਤੇ ਉਹ ਮਿੱਠਾ ਖਾਣ ਦੇ ਸ਼ੌਕੀਨ ਨੇ, ਖਾਸ ਤੌਰ ਤੇ ਗੁੜ ਦੇ ਸ਼ੌਕੀਨ ਨੇ, ਤੇ ਉਹ ਪਾਮ ਜੈਗਰੀ ਟਰਾਈ ਕਰ ਸਕਦੇ। ਬਿਲਕੁਲ ਜੀ, ਪਾਮ ਜੈਗਰੀ ਜਿਹੜੇ ਮੋਟਾਪੇ ਦੇ, ਜਿਹੜੇ ਸ਼ੂਗਰ ਦੇ ਮਰੀਜ਼ ਨੇ, ਮੋਟਾਪੇ ਦੇ ਮਰੀਜ਼ ਨੇ, ਪਾਮ ਜੈਗਰੀ ਜਿਹੜੀ ਹੈ ਜੇ ਉਹ ਨਹੀਂ ਰਹਿ ਸਕਦੇ ਕਿਸੇ ਹਾਲਤ ਵੀ ਤਾਂ ਫਿਰ ਉਹ ਪਾਮ ਜੈਗਰੀ ਜਿਹੜੀ ਉਹ ਖਾਣ ਤੇ ਉਹਦੇ ਨਾਲ ਜਿਹੜਾ ਨਾ ਤਾਂ ਉਹਨਾਂ ਨੂੰ ਇੰਨਾ ਨੁਕਸਾਨ ਹੋਏਗਾ, ਲੀਵਰ ਵੀ ਉਹਨਾਂ ਦਾ ਥੋੜ੍ਹਾ ਜਿਹਾ ਸਹੀ ਰਹੇਗਾ ਤੇ ਉਹਦੇ ਨਾਲ ਜਿਹੜਾ ਉਹਨਾਂ ਨੂੰ ਨੁਕਸਾਨ ਵੀ ਘੱਟ ਹੋਏਗਾ ਜੀ। ਤੇ ਗੁੜ ਕਹਿੰਦੇ ਵੀ ਜਿਹੜਾ ਇਹਦੇ 'ਚ ਮਿੱਠਾ ਤਾਂ ਫਿਰ ਵੀ ਹੈਗਾ ਜੀ, ਇਹ ਤਾਂ ਹੈ ਨਹੀਂ ਵੀ ਮਿੱਠਾ ਨਹੀਂ ਹੈਗਾ ਜੀ, ਫਿਰ ਇਹ ਕਿਤੇ ਨਾ ਕਿਤੇ ਕੁਛ ਲੋਕਾਂ ਨੂੰ ਮਨਾ ਵੀ ਹੋਣਾ ਜੀ। ਹਾਂ ਕੁਲਵੰਤ ਜੀ, ਬੜੇ ਲੋਕਾਂ ਨੂੰ ਅੱਜ ਕੱਲ੍ਹ ਅਲੱਗ ਅਲੱਗ ਤਰ੍ਹਾਂ ਦੀ ਐਲਰਜੀਜ਼ ਆ ਰਹੀਆਂ ਨੇ। ਬਿਲਕੁਲ। ਸੋ ਜਿਹੜੇ ਲੋਕਾਂ ਨੂੰ ਐਲਰਜੀਜ਼ ਨੇ, ਕਈਆਂ ਧੂੜ ਮਿੱਟੀ ਤੋਂ ਐਲਰਜੀ, ਉਸੇ ਤਰ੍ਹਾਂ ਗੁੜ ਤੋਂ ਵੀ ਕਈ ਚੀਜ਼ਾਂ, ਕਈ ਲੋਕਾਂ ਦੇ ਸਰੀਰ ਦੇ ਵਿੱਚ ਆਇਰਨ ਬਹੁਤ ਜ਼ਿਆਦਾ ਮਾਤਰਾ 'ਚ ਵੱਧ ਰਿਹਾ ਹੁੰਦਾ, WBC RBC ਵਧਣੇ ਸ਼ੁਰੂ ਹੋ ਜਾਂਦੇ ਆ। ਸੋ ਉਹਨਾਂ ਲੋਕਾਂ ਨੂੰ ਜਿਹੜਾ ਗੁੜ ਹੈ ਅਹਿਤਿਆਤ ਨਾਲ ਖਾਣਾ ਚਾਹੀਦਾ, ਜਾਂ ਜਿਹਨਾਂ ਲੋਕਾਂ ਦੇ ਸਰੀਰ ਦੇ ਵਿੱਚ ਖੂਨ ਜ਼ਿਆਦਾ ਵਗਣ ਦੀ ਸਮੱਸਿਆ ਹੈ, ਚਾਹੇ ਉਹਨਾਂ ਨੂੰ ਪਾਇਲਸ ਦੀ ਦਿੱਕਤ ਹੈ, ਚਾਹੇ ਉਹਨਾਂ ਨੂੰ ਨਥੀਰ ਫੁੱਟਦੀ ਹੈ, ਉਹਨਾਂ ਲੋਕਾਂ ਨੂੰ ਜਿਹੜਾ ਗੁੜ ਹੈ ਉਹ ਨਹੀਂ ਲੈਣਾ ਚਾਹੀਦਾ ਹੈਗਾ। ਗਰਮੀਆਂ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ, ਤੇ ਗੁੜ ਦਾ ਜਿਹੜਾ ਸ਼ਰਬਤ ਹੈ ਉਹ ਸਾਨੂੰ ਜਿਹੜਾ ਸਨ ਸਟ੍ਰੋਕ ਤੋਂ ਬਚਾਉਂਦਾ ਹੈ, ਤੇ ਵੈਸੇ ਵੀ ਸਾਡੇ ਸਰੀਰ ਦੇ ਵਿੱਚ ਜਿਹੜੀ ਐਨਰਜੀ ਦੀ ਘਾਟ ਹੋਈ ਜਦੋਂ ਸਾਡੇ ਸਰੀਰ ਦੇ ਵਿੱਚੋਂ ਗਲੂਕੋਜ਼ ਨਿਕਲ ਜਾਂਦਾ ਪਸੀਨੇ ਦੇ ਵਿੱਚ ਤੇ ਸਾਡੇ ਸਰੀਰ 'ਚ ਕਮਜ਼ੋਰੀ ਦੀ ਅਸੀਂ ਫੀਲ ਕਰਦੇ ਹਾਂ, ਉਹਦੇ ਵਿੱਚ ਜੇ ਅਸੀਂ ਗੁੜ ਦਾ ਸ਼ਰਬਤ ਜੇ ਅਸੀਂ ਇਸਤੇਮਾਲ ਕਰਾਂਗੇ ਉਹਦਾ ਸਾਡੇ ਸਰੀਰ 'ਚ ਠੰਡਕ ਵੀ ਆਏਗੀ, ਤੇ ਸੈਕਿੰਡ ਸਾਡਾ ਜਿਹੜਾ ਲੀਵਰ ਹੈ ਉਹਨੂੰ ਵੀ ਟੌਕਸਿਨ ਫ੍ਰੀ ਕਰ ਦੇਗਾ। ਇਹ ਲੀਵਰ ਡੀਟੌਕਸ ਦੇ ਤੌਰ 'ਤੇ ਜੇ ਗੱਲ ਕਹੀਏ, ਗੁੜ ਦਾ ਸ਼ਰਬਤ ਜਿਹੜਾ ਬਹੁਤ ਵਧੀਆ ਕੰਮ ਕਰਦਾ। ਸਰਦੀਆਂ ਦੇ ਵਿੱਚ ਇਸੇ ਸ਼ਰਬਤ ਨੂੰ ਕਾੜੇ ਦੇ ਰੂਪ 'ਚ ਗਰਮ ਪਾਣੀ ਦੇ ਵਿੱਚ ਉਬਾਲ ਕੇ ਪੀ ਸਕਦੇ ਹੋ, ਉਹਦੇ ਨਾਲ ਵੀ ਜਿਹੜਾ ਸਰੀਰ ਦੇ ਵਿੱਚ ਸਾਡੀ ਐਨਰਜੀ ਦਾ ਲੈਵਲ ਵੱਧਦਾ। ਤੇ ਡੋਜ਼ ਕਿੰਨੀ ਹੋਣੀ ਚਾਹੀਦੀ ਜੇ ਗੁੜ ਇੱਕ ਬੰਦਾ ਰੋਜ਼ ਖਾਣਾ ਚਾਹੇ ਤਾਂ ਕਿੰਨਾ ਕੁ ਗੁੜ ਉਹਨੂੰ ਖਾਣਾ ਚਾਹੀਦਾ, ਕਿਉਂਕਿ ਐਂ ਨਹੀਂ ਹੈਗਾ ਵੀ ਡਲੇ ਦੇ ਡਲੇ ਚੱਕ ਕੇ ਖਾਣੇ। ਜੀ ਜੀ, ਮੈਕਸੀਮਮ ਜਿਹੜੀ ਹੈ ਜੀ ਇੱਕ ਬੰਦੇ ਨੂੰ ਇੱਕ ਦਿਨ 'ਚ 50 ਗ੍ਰਾਮ ਗੁੜ ਖਾਣਾ ਚਾਹੀਦਾ, ਇਸ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ ਜੇ ਇਹਦੇ ਫਾਇਦੇ ਲੈਣੇ ਹੈ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਲੋੜ ਤੋਂ ਜ਼ਿਆਦਾ ਕਹਿੰਦੇ ਦੇਸੀ ਘਿਓ ਵੀ ਨੁਕਸਾਨ ਕਰਦਾ। ਸੋ ਸਾਨੂੰ ਜਦੋਂ ਵੀ ਅਸੀਂ ਕੋਈ ਵੀਡੀਓ ਬਣਾਉਂਦੇ ਹਾਂ ਉਹਦੇ ਵਿੱਚ ਖਾਸ ਤੌਰ 'ਤੇ ਅਹਿਤਿਆਤ ਦੱਸਦੇ ਹਾਂ ਕਿ ਕਿਸੇ ਡਾਕਟਰ ਦੀ ਜਾਂ ਕਿਸੇ ਵਿਸ਼ੇਸ਼ਕ ਦੀ ਰਾਇ ਲੈ ਕੇ ਹੀ ਜ਼ਰੂਰ ਚੀਜ਼ਾਂ ਵਰਤਿਆ ਕਰੋ, ਕਿਉਂਕਿ ਸਾਡਾ ਮੰਤਵ ਜਿਹੜਾ ਹੈ ਤੁਹਾਨੂੰ ਇਨਫੋਰਮੇਸ਼ਨ ਦੇਣਾ ਹੈ, ਤੁਹਾਨੂੰ ਫਾਇਦਾ ਦੇਣਾ ਹੈ। ਕਿਤੇ ਤੁਸੀਂ ਇਸ ਚੀਜ਼ ਨੂੰ ਅੱਧਾ ਵੀਡੀਓ ਸੁਣ ਕੇ ਤੇ ਉਹਨੂੰ ਨਾਲ ਦੀ ਨਾਲ ਗੁੜ ਖਾ ਲਓ ਤੇ ਕੱਲ੍ਹ ਨੂੰ ਤੁਹਾਨੂੰ ਫਾਇਦੇ ਦੀ ਜਗ੍ਹਾ 'ਤੇ ਨੁਕਸਾਨ ਦੇਖਣ ਨੂੰ ਮਿਲੇ। ਸੋ ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਲਿਮਿਟਿਡ ਮਾਤਰਾ 'ਚ ਗੁੜ ਖਾਈਏ, ਔਰ ਹੋ ਸਕੇ ਤੇ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਉਹ ਪਾਮ ਜੈਗਰੀ ਨੂੰ ਜ਼ਿਆਦਾ ਟਰਾਈ ਕਰਨ। ਬਿਲਕੁਲ। ਤੇ ਹੁਣ ਇਹ ਦੱਸ ਦਿਓ ਵੀ ਅਸਲੀ ਤੇ ਨਕਲੀ ਗੁੜ ਦੀ ਪਛਾਣ ਕਿਵੇਂ ਕਰਿਆ ਉਹਨਾਂ ਦਾ?
ਕਲੌਂਜੀ ਜਿਹੜੀ ਚੀਜ਼ ਦੇਖਣ ਨੂੰ ਜਿੰਨੀ ਜ਼ਿਆਦਾ ਸੋਹਣੀ ਲੱਗਦੀ ਹੈ ਉਹ ਉਨੀ ਜ਼ਿਆਦਾ ਖਤਰਨਾਕ ਹੈ। ਬਿਲਕੁਲ, ਜਿਵੇਂ ਸਾਡੇ ਦੇਸ਼ 'ਚ ਅੰਗਰੇਜ਼ ਆਏ ਸੀ ਦੇਖਣ ਨੂੰ, ਉਹਨਾਂ ਦਾ ਰੰਗ ਬਹੁਤ ਸਾਫ਼ ਸੀ ਅਤੇ ਪਰ ਉਹ ਸਾਡਾ ਬਹੁਤ ਨੁਕਸਾਨ ਕਰਕੇ ਗਏ, ਸਾਡੇ ਕਲਚਰ ਦਾ ਬਹੁਤ ਨੁਕਸਾਨ ਕਰਕੇ। ਚਲੋ ਆਪਾਂ ਉਹਨਾਂ ਗੱਲਾਂ 'ਚ ਨਹੀਂ ਪੈਂਦੇ। ਜਿਹੜਾ ਗੁੜ ਹੈ ਜੀ, ਅਸਲੀ ਗੁੜ ਉਹ ਹੈ ਜਿਹੜਾ ਬਰਾਊਨ ਕਲਰ ਦਾ, ਚੋਕਲੇਟ ਕਲਰ ਦਾ ਜੀ, ਬਲੈਕਿਸ਼ ਕਲਰ ਦਾ। ਜਿੰਨਾ ਗੁੜ ਕਾਲਾ ਹੋਏਗਾ ਉਨਾ ਉਹ ਵਧੀਆ ਹੋਏਗਾ, ਉਹਦੀ ਜਿਹੜੀ ਵੈਲਿਊ ਹੈ, ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੋਏਗੀ। ਅਤੇ ਜਿਵੇਂ ਜਿਵੇਂ ਉਹਨੂੰ ਸਾਫ਼ ਕਰਦੇ ਜਾਵਾਂਗੇ, ਉਹਦੇ 'ਚ ਮਿੱਠਾ ਸੋਡਾ ਪੈ ਗਿਆ, ਉਹਦੇ 'ਚ ਭਿੰਡੀ ਦੇ ਬੀਜ ਤਾਂ ਮੈਨੂੰ ਲੱਗਦਾ ਨਹੀਂ ਅੱਜ ਕੱਲ੍ਹ ਕੋਈ ਪਾਉਂਦਾ ਹੋਏਗਾ। ਸੋ ਇਸ ਤਰ੍ਹਾਂ ਜਿਹੜੇ ਭਿੰਡੀ ਦੇ ਪੱਤੇ ਪਾ ਦਿੰਦੇ ਨੇ, ਹਾਂਜੀ ਹਾਂਜੀ, ਇਸੇ ਤਰ੍ਹਾਂ ਜਿਹੜੇ ਸਾਫ਼ ਗੁੜ ਆਉਂਦੇ ਨੇ ਜਾਂ ਚਿੱਟੇ ਰੰਗ ਦੇ ਗੁੜ ਨੇ, ਤੇ ਉਹਨਾਂ 'ਤੇ ਤੁਸੀਂ ਦੇਖਿਆ ਹੋਣਾ ਵਾਈਟ ਕਲਰ ਦਾ ਭੂਰ ਜੀ ਲੱਗੀ ਹੁੰਦੀ ਹੈ, ਉਹ ਚੀਨੀ ਤੋਂ ਬਣੇ ਗੁੜ ਨੇ ਜਾਂ ਸਿੰਥੈਟਿਕ ਰੂਪ 'ਚ ਤਿਆਰ ਕੀਤੇ ਹੁੰਦੇ ਆ, ਉਹਨਾਂ 'ਚ ਕੈਮੀਕਲ ਬਹੁਤ ਜ਼ਿਆਦਾ ਪਾਇਆ ਹੁੰਦਾ। ਸੋ ਗੁੜ ਦਾ ਮਤਲਬ ਹੈ ਜੀ ਕਾਲਾ ਗੁੜ, ਜਿਹੜਾ ਪੂਰਾ ਗੁੜ ਉਹ ਲਓ। ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਪਸ਼ੂਆਂ ਨੂੰ ਵੀ ਅਸੀਂ ਗੁੜ ਚਾਰ ਗੁੜਦੇ ਸੀ, ਠੀਕ ਹੈ ਜੀ, ਤੇ ਅੱਜ ਕੱਲ੍ਹ ਤਾਂ ਉਹ ਗੱਲਾਂ ਰਹੀਆਂ ਨਹੀਂ। ਸੋ ਇਸੇ ਕਰਕੇ ਜਿਹੜੇ ਪਸ਼ੂਆਂ ਦਾ ਜਿਹੜਾ ਦੁੱਧ ਸੀ ਉਹ ਸਾਡੇ ਲਈ ਫਾਇਦੇਮੰਦ ਹੁੰਦਾ ਸੀ। ਜਿਵੇਂ ਜਿਵੇਂ ਅਸੀਂ ਆਧੁਨਿਕ ਪੱਧਤੀ ਵੱਲ ਆ ਗਏ ਹਾਂ, ਜੀਵਨ ਸ਼ੈਲੀ ਵੱਲ ਆ ਗਏ ਹਾਂ, ਉਹਦੇ ਨਾਲ ਸਾਨੂੰ ਫਾਇਦੇ ਸਾਡੇ ਨੁਕਸਾਨ ਹੋਏ ਨੇ, ਤੇ ਅੱਜ ਦੁਬਾਰਾ ਫਿਰ ਕਹਿੰਦੇ ਆ ਲੋਟ ਕੇ ਬੁੱਧੂ ਘਰ ਕੋ ਆਏ, ਹਾਂਜੀ, ਉਹ ਅਸੀਂ ਆਪਦੀਆਂ ਵਿਰਸੇ ਵੱਲ ਦੁਬਾਰਾ ਵਾਪਸ ਆ ਰਹੇ ਹਾਂ, ਤੇ ਬਹੁਤ ਅੱਛੀ ਗੱਲ ਹੈ ਕਿ ਸਾਨੂੰ ਆਪਦੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਗੁੜ ਹੈ ਉਹ ਜਿੰਨਾ ਕਾਲਾ ਹੋਏਗਾ ਉਹਨਾਂ ਆਪਾਂ ਨੂੰ ਬੈਨੀਫਿਟ ਹੈਗਾ, ਕਾਲਾ ਗੁੜ ਜਿਹੜਾ ਹੋਣ ਦਾ ਮਤਲਬ ਹੈਗਾ ਕਿ ਉਹਦੇ 'ਚ ਆਇਰਨ ਦੀ ਮਾਤਰਾ ਜ਼ਿਆਦਾ ਹੈ। ਜ਼ਿਆਦਾ, ਜਿੰਨੀ ਚੀਜ਼ ਕਾਲੀ ਹੈਗੀ ਆ, ਬਲੈਕਿਸ਼ ਟਾਈਪ ਟੋਨ 'ਚ ਹੋਏਗੀ, ਉਨਾ ਉਹਦੇ ਵਿੱਚ ਆਇਰਨ ਦੀ ਮਾਤਰਾ ਜ਼ਿਆਦਾ ਹੋਏਗੀ। ਜਿਵੇਂ ਬਲੈਕ ਬੀਟ, ਜੀ ਜੀ, ਕਾਲਾ ਕਾਲੀ ਕਣਕ, ਕਾਲੀ ਕਣਕ ਆਉਂਦੀ ਹੈ, ਕਾਲੇ ਚਾਵਲ ਆਉਂਦੇ ਆ, ਇਸ ਤਰ੍ਹਾਂ ਇਸੇ ਤਰ੍ਹਾਂ ਜਿਹੜੇ ਹੈਗੇ ਨੇ ਇਹ ਜਿੰਨੀਆਂ ਚੀਜ਼ਾਂ ਬਲੈਕਿਸ਼ 'ਚ ਆਉਣਗੀਆਂ ਉਹਨਾਂ 'ਚ ਆਇਰਨ ਜ਼ਿਆਦਾ ਹੋਏਗੀ, ਜਿੰਨੀ ਜਿਹੜੀ ਵਾਈਟਿਸ ਚ ਚਲੀ ਜਾਣਗੇ ਉਹਨਾਂ ਚ ਆਇਰਨ ਦੀ ਮਾਤਰਾ ਘਟਦੀ ਚਲੀ ਜਾਂਦੀ। ਜਿਵੇਂ ਹੁਣ ਸੇਵ ਕਰਦੇ ਹਾਂ ਕਾਲਾ ਹੋ ਜਾਂਦਾ, ਠੀਕ ਹੈ, ਆਲੂ ਕਰਦੇ ਹਾਂ ਕਾਲਾ ਹੋ ਜਾਂਦਾ। ਸੋ ਇਸੇ ਤਰ੍ਹਾਂ ਜਿਹੜੀ ਚੀਜ਼ਾਂ ਜਿਹੜੀਆਂ ਕਾਲੀਆਂ ਹੁੰਦੀਆਂ ਜਾਂਦੀਆਂ ਨੇ ਉਹਨਾਂ 'ਚ ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਾਲਕ ਦੇ ਵਿੱਚ ਜਿਹੜੀ ਆ ਉਹ ਬਲੈਕਿਸ਼ ਹੋ ਜਾਂਦੀ ਹੈ, ਉਹਨੂੰ ਆਪਾਂ ਕੱਟਦੇ ਹਾਂ, ਉਹਨੂੰ ਉਹਨੂੰ ਬਣਾਉਂਦੇ ਹਾਂ ਤਾਂ ਬਲੈਕਿਸ਼ ਹੋ ਜਾਂਦੀ ਹੈ, ਆਇਰਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੀ ਜੀ, ਬਿਲਕੁਲ, ਇਹ ਗੁੜ ਦੀ ਪਛਾਣ ਇਹ ਹੈ ਕਿ ਵੀ ਜਿੰਨਾ ਕਾਲਾ ਹੋਏਗਾ ਉਨਾ ਆਪਣਾ ਉਹਨਾਂ ਦੇ ਜਿਵੇਂ ਤੁਹਾਨੂੰ ਬਰਾਊਨਿਸ਼, ਜਿੰਨਾ ਬਰਾਊਨਿਸ਼ ਕਾਲਾ ਹੋਏਗਾ ਉਨਾ ਉਹਦੇ 'ਚ ਚੋਕਲੇਟੀ ਕਲਰ, ਚੋਕਲੇਟੀ ਕਲਰ ਦੇ ਵਿੱਚ ਜ਼ਿਆਦਾ ਹੋਏਗਾ। ਤੇ ਡਾਕਟਰ ਸਾਹਿਬ, ਗੁੜ ਜਿਹੜਾ ਹੈਗਾ ਉਹ ਬੱਚੇ ਬਜ਼ੁਰਗ ਤੇ ਜਵਾਨ, ਇਹ ਇਹਨਾਂ ਦੀ ਕੋਈ ਵੱਖਰੀ ਵੱਖਰੀ ਵੀ ਹੈਗੀ ਹੈ ਵੀ ਇਹਨਾਂ ਨੂੰ ਕਿੰਨੇ, ਬੱਚੇ ਨੂੰ ਤੇ ਵੱਡਾ ਕਿੰਨਾ ਤੇ ਜਵਾਨ ਕਿੰਨਾ ਕੁ ਲੈ ਸਕਦਾ? ਅਡਲਟ ਤਾਂ ਜੀ ਚਾਹੇ ਉਹ 18 ਸਾਲ ਦਾ ਤੇ ਚਾਹੇ ਉਹ 70 ਸਾਲ ਦਾ, 50 ਗ੍ਰਾਮ ਮੈਕਸੀਮਮ ਜਿਹੜੀ ਹੈ ਇਹਦੀ ਡੋਜ਼ ਹੈ, 50 ਗ੍ਰਾਮ ਤੱਕ ਲੈ ਲੈਣਾ ਚਾਹੀਦਾ, ਫਾਇਦੇ ਹੀ ਮਿਲਣਗੇ, ਤਾਂ ਕੋਈ ਨੁਕਸਾਨ ਨਹੀਂ ਹੈਗਾ ਗਾ, ਬਸ਼ਰਤੇ ਕਿ ਪੇਸ਼ੈਂਟ ਡਾਇਬਟਿਕ ਨਾ ਹੋਵੇ। ਸੈਕੰਡ, ਜੇ ਆਪਾਂ ਬੱਚਿਆਂ ਦੀ ਗੱਲ ਕਰੀਏ 10 ਸਾਲ ਤੋਂ ਛੋਟਿਆਂ ਦੀ, ਤੇ ਉਹਨਾਂ ਨੂੰ 10 ਜਾਂ 15 ਗ੍ਰਾਮ ਮੈਕਸੀਮਮ ਦੇਣਾ ਚਾਹੀਦਾ। ਮੈਂ ਸੁਜੈਸਟ ਕਰਦਾ ਹੁੰਦਾ ਜਿਹੜੇ ਖਾਸ ਤੌਰ ਤੇ ਗਰੋਇੰਗ ਏਜ ਦੇ ਬੱਚੇ ਨੇ, 13 ਸਾਲ ਤੋਂ ਲੈ ਕੇ 17 ਸਾਲ ਤੱਕ, ਉਹਨਾਂ ਨੂੰ ਡੇਲੀ ਇੱਕ 50 ਗ੍ਰਾਮ ਦੀ ਜਿਹੜੀ ਡੋਜ਼ ਹੈ ਉਹ ਜ਼ਰੂਰ ਦੇਣੀ ਚਾਹੀਦੀ ਹੈ, ਕਿਸੇ ਰੂਪ 'ਚ ਦਿੱਤੀ ਜਾਵੇ, ਤਾਂ ਕਿ ਉਹਨਾਂ ਸਰੀਰ ਵਿੱਚ ਜਿਹੜੀ ਕੈਲਸ਼ੀਅਮ ਅਤੇ ਆਇਰਨ ਦੀ ਘਾਟ ਨਾ ਕਦੀ ਵੀ ਆਵੇ। ਉਹਦਾ ਫਾਇਦਾ ਕੀ ਹੁੰਦਾ, ਬੱਚਿਆਂ ਦੀ ਜੇ ਹਾਈਟ ਵੱਧ ਰਹੀ ਹੁੰਦੀ ਹੈ, ਨਿਊਟ੍ਰੀਸ਼ਨ ਦੀ ਵੈਲਿਊ ਕਰਕੇ, ਘੱਟ ਵੈਲਿਊ ਕਰਕੇ ਕਈ ਵਾਰ ਉਹ ਰੁਕ ਜਾਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰਾਂ ਸਾਡੀਆਂ ਬੱਚੀਆਂ ਦੀ, ਉਹਨਾਂ ਨੂੰ ਜਿਵੇਂ ਸਾਈਕਲ ਸ਼ੁਰੂ ਹੋਣਾ ਹੁੰਦਾ, ਉਹਦੇ 'ਚ ਬਲੀਡ ਹੁੰਦੀ ਹੈ, ਤਾਂ ਉਹਦੇ ਕਰਕੇ ਉਹਨਾਂ 'ਚ ਵੀ ਕਿਤੇ ਖੂਨ ਦੀ ਕਮੀ ਨਾ ਰਹੇ, ਜਿਹਦੇ ਕਰਕੇ ਉਹਨਾਂ ਦੇ ਹਾਰਮੋਨ ਪ੍ਰੋਪਰ ਬਣਨ, ਅੰਗਾਂ ਦਾ ਵਿਕਾਸ ਅੱਛੀ ਤਰ੍ਹਾਂ ਹੋਵੇ। ਸੋ ਇਹਦੇ ਲਈ ਜਿਹੜਾ ਆਇਰਨ ਅਤੇ ਕੈਲਸ਼ੀਅਮ ਦਾ ਸਾਡੇ ਸਰੀਰ ਦੇ ਵਿੱਚ ਇੱਕ ਰਿਚ ਸੋਰਸ ਦੇ ਰੂਪ 'ਚ ਜੇ ਗੱਲ ਕਵਾਂ, ਮਲਟੀਵਿਟਾਮਿਨ ਖਾਣ ਦੀ ਬਜਾਏ ਸਾਨੂੰ ਗੁੜ ਖਾਣਾ ਚਾਹੀਦਾ। ਬਿਲਕੁਲ, ਅਤੇ ਸਹੀ ਸਮਾਂ ਕਿਹੜਾ ਹੋਣਾ ਚਾਹੀਦਾ ਗੁੜ ਖਾਣ ਦਾ, ਸਵੇਰੇ ਦੁਪਹਿਰੇ ਰਾਤ ਨੂੰ? ਵਾਘ ਭੱਟ ਜੀ ਅਨੁਸਾਰ ਤਾਂ ਜੀ ਸਵੇਰ ਦਾ ਸਮਾਂ ਸਭ ਤੋਂ ਉੱਤਮ ਸਮਾਂ ਮੰਨਿਆ ਗਿਆ। ਜਦੋਂ ਸੂਰਜ ਉਦੇ ਹੁੰਦਾ, ਜਦੋਂ ਸਵੇਰ ਹੁੰਦੀ ਹੈ, ਦਿਨ ਚੜ੍ਹਦਾ, ਸੂਰਜ ਜਦੋਂ ਉੱਗ ਰਿਹਾ ਹੁੰਦਾ, ਉਦੋਂ ਤੋਂ ਲੈ ਕੇ ਸੂਰਜ ਡੁੱਬਣ ਤੋਂ ਪਹਿਲਾਂ
ਜਦੋਂ ਤੁਸੀਂ ਸੂਰਜ ਚੜ੍ਹ ਰਿਹਾ ਉਦੋਂ ਮੈਕਸੀਮਮ ਤੁਸੀਂ ਖਾਣਾ ਖਾ ਸਕਦੇ ਹੋ ਤੇ ਦੁਪਹਿਰ ਦੇ ਵਿੱਚ ਉਦੋਂ ਘੱਟ ਤੇ ਰਾਤ ਨੂੰ ਤਾਂ ਬਿਲਕੁਲ ਨਹੀਂ। ਸੋ ਸੁਬਹਾ ਦਾ ਜਿਹੜਾ ਗੁੜ ਖਾਣਾ ਜਿਹੜਾ ਉਹ ਜ਼ਿਆਦਾ ਫਾਇਦੇਮੰਦ ਕਰਦਾ। ਤੇ ਜਿਹਨਾਂ ਲੋਕਾਂ ਨੂੰ ਬੀਪੀ ਹੈ, ਜਿਹਨਾਂ ਨੂੰ ਸ਼ੂਗਰ ਹੈ, ਜਿਹਨਾਂ ਨੂੰ ਜਿਹੜੇ ਪਾਚਨ ਦੀ ਕਿਰਿਆ ਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਨੇ, ਗੁੜ ਕੀ ਉਹਦੇ 'ਚ ਕੋਈ ਕਿੱਦਾਂ ਰੋਲ ਅਦਾ ਕਰਦਾ? ਜਿਹੜੇ ਲੋਕਾਂ ਨੂੰ ਖਾਸ ਤੌਰ 'ਤੇ ਪਾਚਨ ਦੀ ਸਮੱਸਿਆ ਹੈਗੀ ਆ, ਉਹ ਲੋਕ ਗੁੜ, ਅਜਵੈਣ ਅਤੇ ਸੌਂਫ ਇਹ ਤਿੰਨਾਂ ਚੀਜ਼ਾਂ ਦਾ ਮਿਸ਼ਰਨ ਜੇ ਖਾਣਾ ਸ਼ੁਰੂ ਕਰ ਦੇਣਗੇ ਖਾਣੇ ਖਾਣ ਤੋਂ ਇਮੀਡੀਏਟ ਬਾਅਦ, ਤੇ ਉਹਨਾਂ ਦੇ ਪੇਟ ਦੀ ਜਿਹੜੀ ਡਾਈਜੈਸ਼ਨ ਦੀ ਸਮੱਸਿਆ ਉਹ 100% ਹੱਲ ਹੋ ਜਾਏਗੀ। ਜਿਵੇਂ ਅੱਧਾ ਚਮਚ ਸੌਂਫ ਅਤੇ ਚਮਚ ਦਾ ਚੌਥਾ ਹਿੱਸਾ ਅਜਵੈਣ, ਥੋੜ੍ਹਾ ਜਿਹਾ ਸੇਂਦਾ ਨਮਕ ਅਤੇ 50 ਗ੍ਰਾਮ ਗੁੜ, ਉਹਨੂੰ ਮਿਕਸ ਕਰਕੇ ਤੁਸੀਂ ਖਾਣਾ ਸ਼ੁਰੂ ਕਰ ਦਿਓ। ਇਸੇ ਤਰ੍ਹਾਂ ਨੂੰ ਕੁੱਟ ਕੇ ਇਕੱਠਾ ਮਿਲਾ ਕੇ ਵੀ ਰੱਖ ਸਕਦੇ ਹੋ ਅਤੇ ਖਾਣ ਤੋਂ ਬਾਅਦ ਤੁਸੀਂ 1 ਚਮਚ ਦਾ ਸੇਵਨ ਕਰੋ। ਇਹਦੇ ਨਾਲ ਜਿਹੜਾ ਡਾਈਜੈਸ਼ਨ ਹੈ ਬਹੁਤ ਅੱਛਾ ਹੋ ਜਾਂਦਾ। ਜਿਹੜੇ ਲੋਕਾਂ ਨੂੰ ਸ਼ੂਗਰ ਹੈ ਜਾਂ ਬੀਪੀ ਹੈ, ਬੀਪੀ ਵਾਲੇ ਤਾਂ ਲੈ ਸਕਦੇ, ਸ਼ੂਗਰ ਵਾਲੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਪਾਮ ਜੈਗਰੀ ਹੀ ਮੈਂ ਐਡਵਾਈਸ, ਪਾਮ ਜੈਗਰੀ ਜੀ ਐਡਵਾਈਸ ਕੀਤੀ ਜਾਏਗੀ, ਤੇ ਉਹ ਵੀ 10 ਗ੍ਰਾਮ ਤੋਂ ਜ਼ਿਆਦਾ ਨਾ ਲੈਣ। ਬਿਲਕੁਲ ਬਿਲਕੁਲ ਬਿਲਕੁਲ। ਤੇ ਜੇ ਉਹ ਵੀ ਜੇ ਬੰਦ ਕਰ ਸਕਣ ਤੇ ਸਟੀਵੀਆ ਜਿਹੜਾ ਉਹਨਾਂ ਲਈ ਸਭ ਤੋਂ, ਹਾਂ ਸਟੀਵੀਆ ਵੀ ਲੈ ਸਕਦੇ ਜੀ। ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਬਾਕਮਾਲ ਜਾਣਕਾਰੀ ਦਿੱਤੀ ਹੈ। ਜਾਂਦਿਆਂ ਦੇ ਆਪਣੇ ਨੰਬਰ ਦੇ ਦਿਓ ਤਾਂ ਕਿ ਜਿਹੜੇ ਲੋਕ ਤੁਹਾਡੇ ਨਾਲ ਸੰਪਰਕ ਕਰਨਾ ਚਾਹੁਣ ਉਹ ਸੰਪਰਕ ਕਰਕੇ ਤੇ ਤੁਹਾਡੇ ਤੋਂ ਹੋਰ ਵੀ ਜਾਣਕਾਰੀਆਂ ਲੈ ਸਕਦੇ ਜਾਂ ਜਿਹੜਾ ਕੋਈ ਇਲਾਜ ਕਰਾਉਣਾ ਚਾਹੁੰਦੇ ਕਰਾ ਸਕਦੇ ਜੀ। ਕੁਲਵੰਤ ਜੀ, ਮੇਰੇ 2 ਨੰਬਰ ਨੇ, ਪਹਿਲਾ ਨੰਬਰ ਹੈ 98141-7221, 9814176221, ਦੂਸਰਾ ਨੰਬਰ ਹੈ 9111-5550911, 911-555-0911। ਆਪਣੇ 3 ਸੈਂਟਰ ਨੇ ਜੀ, ਮਲੋਟ, ਸੋਮ, ਮੰਗਲ, ਬਹੁਤ 3 ਦਿਨ ਮੈਂ ਮਲੋਟ ਬੈਠਦਾ, ਵੀਰਵਾਰ ਪਟਿਆਲਾ ਪੰਜਾਬੀ ਯੂਨੀਵਰਸਿਟੀ ਸਾਹਮਣੇ, ਤੇ ਸ਼ੁੱਕਰ, ਸ਼ਨੀ 2 ਦਿਨ ਮੋਹਾਲੀ ਸੈਕਟਰ 70 ਮਟੌਰ ਵਿਖੇ ਜੀ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਹੈ ਸਾਰਿਆਂ ਨੂੰ ਪਸੰਦ ਆਏਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਤੇ ਨਿਊਜ਼ ਏਸ਼ੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਸ਼ੁਕਰੀਆ। ਸੋ ਗੁੜ, 3 ਪ੍ਰਕਾਰ ਦਾ ਗੁੜ ਹੈ ਜੀ, ਗੰਨੇ ਦਾ ਗੁੜ, ਖਜੂਰ ਦਾ ਗੁੜ ਤੇ ਨਾਰੀਅਲ ਦਾ ਗੁੜ। ਸਭ ਤੋਂ ਉੱਤਮ ਡਾਕਟਰ ਹਰਨਾਮ ਸਿੰਘ ਜੀ ਦੇ ਅਨੁਸਾਰ ਸਭ ਤੋਂ ਉੱਤਮ ਖਜੂਰ ਦਾ ਗੁੜ, ਮਹਿੰਗਾ ਜ਼ਰੂਰ ਹੁੰਦਾ, 500-600 ਰੁਪਏ ਕਿਲੋ ਹੈ, ਪਰ ਬਿਮਾਰੀਆਂ ਤੋਂ ਬਚਾਉਣ ਲਈ ਵਿੱਚ ਸਭ ਤੋਂ ਜ਼ਿਆਦਾ ਸਹਾਈ ਹੁੰਦਾ ਹੈ। ਤੇ ਇਹਦੇ ਵਿੱਚ ਇਹ ਬੰਦਾ, ਜਿਹੜਾ ਬੰਦਾ ਇਹ ਗੁੜ ਖਾ ਰਿਹਾ ਨੋਰਮਲ ਹੈ, ਉਹਨੂੰ ਇਸ ਗੱਲ ਦੀ ਸੰਭਾਵਨਾ ਘੱਟ ਜਾਂਦੀ ਹੈ ਵੀ ਉਹਨਾਂ ਨੂੰ ਅੱਗੇ ਚੱਲ ਕੇ ਸ਼ੂਗਰ ਹੋਏਗੀ ਜੀ। ਤੇ ਜਿਹੜਾ ਬੰਦਾ ਐਸਟ੍ਰੋਜਨ ਨਾਲ, ਜ਼ਿਆਦਾ ਐਸਟ੍ਰੋਜਨ ਬੋਡੀ 'ਚ ਵਧਿਆ ਹੋਇਆ, ਮਿੱਠੇ ਤੋਂ ਬਿਨਾਂ ਨਹੀਂ ਰਹਿ ਸਕਦਾ, ਤਾਂ ਫਿਰ ਉਹ ਇਸ ਗੁੜ ਨੂੰ ਯੂਜ਼ ਕਰ ਸਕਦੇ, ਇਸ ਸ਼ੱਕਰ ਨੂੰ ਵੀ ਯੂਜ਼ ਕਰ ਸਕਦਾ। ਗੁੜ ਸ਼ੱਕਰ ਜਿਹੜੀ ਹੈ ਇਹ ਬਾਕਮਾਲ ਮਿੱਠਾ ਬਹੁਤ ਵਧੀਆ ਹੁੰਦਾ ਇਹਦਾ, ਮੇਰੇ ਘਰ ਇਹੀ ਯੂਜ਼ ਹੋ ਰਿਹਾ। ਤੇ ਇਹ ਜਿਹੜੀ ਚੀਜ਼ ਹੈ ਇਹ ਆਪਣੇ ਆਪ ਦੇ ਵਿੱਚ ਕਈ ਬਿਮਾਰੀਆਂ ਨੂੰ ਹੀਲ ਕਰਨ ਦੇ ਵਿੱਚ ਵੀ ਸਹਾਈ ਹੁੰਦੀ ਹੈ, ਤੇ ਆਇਰਨ, ਮੈਗਨੀਸ਼ੀਅਮ, ਫਾਸਫੋਰਸ ਇਹਨਾਂ ਦੀ ਮਾਤਰਾ ਜਿਹੜੀ, ਕੈਲਸ਼ੀਅਮ ਇਹਨਾਂ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ, ਕਿਉਂਕਿ ਗੁੜ ਜਿਹੜਾ, ਜਿਹੜੇ ਬੰਦੇ ਗੁੜ ਖਾਂਦੇ ਨੇ ਉਹਨਾਂ ਦੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹੈਗੀਆਂ। ਤੇ ਫੌਜੀਆਂ ਨੂੰ ਸ਼ਾਇਦ ਇਸੇ ਕਰਕੇ ਗੁੜ ਤੇ ਚਨੇ ਜਿਹੜੇ ਨੇ ਛੋਲੇ ਦਿੱਤੇ ਜਾਂਦੇ ਨੇ, ਤਾਂ ਕਿ ਉਹਨਾਂ ਨੂੰ ਸਰੀਰ ਉਹਨਾਂ ਦਾ ਤੰਦਰੁਸਤ ਰਹੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ, ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ, ਕੋਈ ਨਾ ਕੋਈ ਜ਼ਰੂਰ ਵੇਖੇਗਾ, ਤੇ ਕਿਸੇ ਨਾ ਕਿਸੇ ਨੂੰ ਇਸ ਇੱਕ ਵੀਡੀਓ ਦੇਖਣ ਦੇ ਨਾਲ ਇੱਕ ਫਾਇਦਾ ਵੀ ਹੋ ਗਿਆ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ, ਨਿਊਜ਼ ਏਸ਼ੀਆ ਹਿੰਦੀ, ਆਵਾਜ਼ੇ ਪੰਜਾਬ, ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲੋ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਇਜਾਜ਼ਤ, ਧੰਨਵਾਦ।